ਕੜਾਕੇ ਦੀ ਠੰਡ ਦੇ ਵਿੱਚ ਮੁਸ਼ਕਿਲਾਂ ਕਾਫੀ ਵੱਧ ਜਾਂਦੀਆਂ ਨੇ, ਖਾਸ ਕਰ ਉਹਨਾਂ ਲਈ ਜਿਨ੍ਹਾਂ ਕੋਲ ਰਹਿਣ ਦੀ ਕੋਈ ਥਾਂ ਨਹੀਂ ਹੁੰਦੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਮੇਸ਼ਾ ਦੀ ਤਰ੍ਹਾਂ ਰਹਿਣ ਬਸੇਰੇ ਬਣਾਏ ਜਾਂਦੇ ਨੇ। ਪੰਜਾਬ ਅੱਛਾ, ਇੱਥੇ ਸੁਵਿਧਾਵਾਂ ਹੈਗੀਆਂ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਕਹਿਦਾ ਪੂਰੀ, ਕਿਉਂਕਿ ਠੰਡ ਦਾ ਮੌਸਮ ਹੈਗਾ, ਵੀ ਤਕਲੀਫ ਦੋ ਕੰਬਲ ਵਾਸਤੋਂ ਮਿਲੇ ਹੋਏ ਜੋ ਸੜਕ ਪੇ ਦਿਨ ਭਰ ਮੰਗਦੇ ਹੈ, ਵੋ ਵੀ ਹਮ ਲੋਗ ਐਂਟਰ ਕਰ ਦੇਤੇ ਹੈ। ਉਨਕੋ ਬਕਾਇਦਾ ਗੱਦਾ ਦਿਆ ਜਾਤਾ ਹੈ, ਰਜਾਈ ਦੀ ਜਾਤੀ ਹੈ, ਵਿਚਾਰੇ ਠੰਡ ਮੇਂ ਕਹਾਂ ਜਾਏਂਗੇ ਰਾਤ ਕੋ। ਤਮਾਮ ਜਿਹੜੀ ਚੀਜ਼ਾਂ ਨੇ ਉਹ ਇੱਥੇ ਤੁਹਾਨੂੰ ਇਸ ਸ਼ੈਲਟਰ ਹੋਮ 'ਚ ਨਜ਼ਰ ਆ ਰਹੀਆਂ ਨੇ। ਬਕਾਇਦਾ ਰਿਕਾਰਡ ਰੱਖਿਆ ਜਾਂਦਾ ਹੈ, ਰਜਿਸਟਰ 'ਚ ਐਂਟਰੀ ਹੁੰਦੀ ਹੈ, ਦਵਾਈਆਂ ਵੀ ਇੱਥੇ ਰੱਖੀ ਜਾਂਦੀਆਂ ਨੇ, ਸੀਸੀਟੀਵੀ ਕੈਮਰਾ ਇੰਸਟਾਲ ਕੀਤੇ ਗਏ ਨੇ। ਇਹੀ ਚੀਜ਼ ਹੈ ਕਿ ਇਨਸਾਨੀਅਤ ਇਨਸਾਨ ਦੇ ਲਈ ਹੈ, ਇਨਸਾਨ ਦੀ ਜਿਹੜੀ ਦੇਖਭਾਲ ਹੈ ਉਹ ਬਹੁਤ ਜ਼ਰੂਰੀ ਹੈ। ਉਹ ਇਹੋ ਜਿਹੇ ਲੋਕ ਜਿਨ੍ਹਾਂ ਦਾ ਕੋਈ ਠਿਕਾਣਾ ਨਹੀਂ ਹੁੰਦਾ, ਜਿਹੜੇ ਬੇਘਰ ਹੁੰਦੇ ਨੇ। ਚੰਡੀਗੜ੍ਹ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਮੇਸ਼ਾ ਦੀ ਤਰ੍ਹਾਂ ਰਹਿਣ ਬਸੇਰੇ ਬਣਾਏ ਜਾਂਦੇ ਨੇ। ਇੱਕ ਮੈਂ ਤੁਹਾਨੂੰ ਪਹਿਲਾਂ ਇੱਕ ਇੱਥੇ ਤਸਵੀਰ ਦਿਖਾਵਾਂਗਾ। ਇਹ ਨਗਰ ਨਿਗਮ ਵੱਲੋਂ ਫ੍ਰੀ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ, ਔਰ ਖਾਸ ਕਰ ਹਸਪਤਾਲਾਂ ਦੇ ਨੇੜੇ। 16 ਜਨਰਲ ਹਾਸਪਿਟਲ ਹੈ ਚੰਡੀਗੜ੍ਹ ਦਾ, ਔਰ ਇਹ ਰੋਡ ਉਹ ਹੈ ਜਿੱਥੇ PGI ਦਾ ਰੋਡ ਹੈ ਸਾਹਮਣੇ। ਤਾਂ ਕਿਵੇਂ ਇੱਥੇ ਲੋਕ ਰਹਿੰਦੇ ਨੇ, ਕੀ ਉਹਨਾਂ ਨੂੰ ਸੁਵਿਧਾਵਾਂ ਮਿਲਦੀਆਂ ਨੇ, ਔਰ ਇਹ ਜਿਹੜਾ ਸ਼ੈਲਟਰ ਹੈ ਕਦੋਂ ਸ਼ੁਰੂ ਹੁੰਦਾ, ਕਿਆ ਕਿਆ ਇੰਤਜ਼ਾਮ ਨੇ, ਤੁਹਾਨੂੰ ਮੈਂ ਅੰਦਰ ਤਸਵੀਰਾਂ ਰਾਹੀਂ ਦਿਖਾਵਾਂਗਾ। ਜਿੱਦਾਂ ਇਹ ਬਜ਼ੁਰਗ ਇੱਥੋਂ ਨਿਕਲੇ ਨੇ, ਇੱਕ ਆਮ ਜਿੱਦਾਂ ਸੜਕਾਂ ਤੇ ਰਹਿੰਦੇ ਨੇ, ਇਹ ਉਹ ਬਜ਼ੁਰਗ ਨੇ ਜਿਹੜੇ ਇੱਥੋਂ ਨਿਕਲ ਕੇ, ਇਹਨਾਂ ਲਈ ਵੀ ਦੇਖੋ ਇੱਥੇ ਰਹਿਣ ਦਾ ਇੰਤਜ਼ਾਮ ਹੈ। ਆਪ ਯਹੀ ਰਹਤੇ ਹੋ ਅੰਦਰ? ਆਪ ਯਹੀ ਰਹਤੇ ਹੋ? ਅੱਛਾ, ਇਹ ਅੰਦਰ ਤੁਹਾਨੂੰ ਜਾ ਕੇ ਪਹਿਲਾਂ ਮੈਂ ਤਸਵੀਰਾਂ ਦਿਖਾ ਲਾਂਗਾ ਕਿ ਇਹ ਉਹ ਸ਼ੈਲਟਰ ਹੋਮ ਹੈ। ਯਹਾਂ ਪੇ ਸੁਵਿਧਾਵਾਂ ਜਿਹੜੀ ਇੱਥੇ ਸਾਰੀ ਸੁਵਿਧਾਵਾਂ ਦੇਖੋ, ਜੇ ਆਪਾਂ ਚੈੱਕ ਕਰਨ ਆਏ ਹਾਂ ਕਿ ਕਿਵੇਂ ਜਿਹੜੇ ਲੋਕੀ ਮਰੀਜ਼ ਦੇ ਨਾਲ ਆਉਂਦੇ ਨੇ ਅਟੈਂਡੈਂਟ, ਉਹ ਵੀ ਇੱਥੇ ਰਹਿੰਦੇ ਨੇ। ਜਿੱਦਾਂ ਮੈਂ ਤੁਹਾਨੂੰ ਬਾਹਰ ਇੱਕ ਬਜ਼ੁਰਗ ਦੀ ਤਸਵੀਰ ਦਿਖਾਈ, ਇਹ ਉਹ ਲੋਕ ਨੇ ਜਿਹੜੇ ਚੰਡੀਗੜ੍ਹ 'ਚ ਦਿਨ 'ਚ ਕਈ ਵਾਰ ਭੀਖ ਮੰਗਦੇ ਨੇ, ਔਰ ਸ਼ਾਮ ਨੂੰ ਇੱਥੇ ਰਹਿੰਦੇ ਨੇ। ਕਈ ਪੇਸ਼ੈਂਟ ਦੇ ਨਾਲ ਜਿਹੜੇ ਲੋਕ ਆਏ ਉਹ ਵੀ ਇੱਥੇ ਨੇ। ਤਸਵੀਰਾਂ, ਆਪ ਕਹਾਂ ਸੇ ਆਏ ਹੈਂ? ਰਾਜਸਥਾਨ ਬਿਆਵਰ ਸੇ ਹੈਂ। ਅੱਛਾ, ਰਾਜਸਥਾਨ ਅਜਮੇਰ ਸੇ। ਚੰਡੀਗੜ੍ਹ ਮੇਂ ਯਾਰ ਜਾ ਰਹੀ ਹੈ, ਅੱਛਾ, ਹੋਤੇ ਹੋ ਸਕਤੇ ਹੈ ਕਿ 6 ਮਹੀਨੇ ਸੇ ਬਾੜ ਮੇਂ ਹਿਮਾਚਲ ਆਪਦਾ ਆਈ ਥੀ, ਉਸਮੇਂ ਮਿਸਿੰਗ ਹੈ। ਅੱਛਾ, ਇਸਕਾ ਨਾਮ ਅਕਸ਼ੇ ਕੁਮਾਵਤ ਹੈ। ਤੋ ਆਪ ਰੇਨ ਬਸੇਰੋ ਮੇਂ ਢੂੰਢਤੇ ਹੋ? ਮੈਂ ਇਸਕੋ ਰੇਨ ਬਸੇਰੋ ਮੈਂ 3 ਦਿਨ ਹੋ ਗਏ, ਹਮ ਸਾਰੇ ਚੰਡੀਗੜ੍ਹ ਮੇਂ ਰੇਨ ਬਸੇਰਾ ਹਾਸਪਿਟਲਸ ਵਗੈਰੇ ਜਾ। ਤੋ ਯੇ ਵੀ ਦੇਖੀ ਤਸਵੀਰਾਂ ਕਿ ਆਪਣੇ ਲੋਗੋਂ ਕੋ ਵੀ ਪਹਿਚਾਨਨੇ ਆਤੇ ਹੈਂ, ਔਰ ਇੰਤਜ਼ਾਮ ਆਪ ਦੇਖੇ ਕਿ ਯਹਾਂ ਪਰ ਜੋ ਬਾਕੀ ਜੋ ਯਹਾਂ ਪੇ ਲੋਗ ਹੈ, ਉਹ ਇਹ ਵੀ ਤੁਹਾਨੂੰ ਦੱਸ ਦਈਏ ਕਿ ਬਲੈਂਕਟ, ਗੱਦੇ, ਕੰਬਲ ਇਹਨਾਂ ਲਈ ਰੱਖੇ ਗਏ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ, ਔਰ ਰਜਿਸਟਰ 'ਚ ਗਿਣਤੀ ਵੀ ਹੁੰਦੀ ਇਹਨਾਂ ਦੀ, ਬਕਾਇਦਾ ਆਧਾਰ ਕਾਰਡ ਵੀ ਇਹਨਾਂ ਤੋਂ ਲਿਆ ਜਾਂਦਾ ਹੈ। ਤਸਵੀਰਾਂ ਤੁਸੀਂ ਦੇਖੋ ਕਿ ਇਹ ਇੱਕ ਰਹਿਣ ਬਸੇਰਾ ਸ਼ੈਲਟਰ ਹੈ ਜਿਹੜਾ 1 ਦਸੰਬਰ ਤੋਂ ਲੈ ਕੇ ਫਰਵਰੀ ਤੱਕ ਵੀ ਚੱਲਦਾ, ਫਰਵਰੀ ਤੱਕ ਬਿਲਕੁਲ ਰਹਿੰਦਾ, ਔਰ ਇੱਦਾਂ ਹੀ ਇੰਤਜ਼ਾਮ ਹਰ ਚੰਡੀਗੜ੍ਹ ਦੇ ਜਿਹੜੇ ਰਹਿਣ ਬਸੇਰਾ ਨੇ, ਕਾਫੀ ਜਗ੍ਹਾ ਸਥਾਪਿਤ ਕੀਤੇ ਗਏ ਨੇ, ਉਹਨਾਂ ਵਿੱਚੋਂ 1 ਰਹਿਣ ਬਸੇਰੇ ਦਾ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਨੇ ਕਿ ਗੱਦੇ ਥੱਲੇ ਗੱਦੇ ਤੇ ਉੱਪਰ ਜਾਈਆਂ, ਔਰ ਜਿਹੜੇ ਹਾਸਪਿਟਲ ਵਿੱਚ ਅਟੈਂਡੈਂਟ ਨੇ ਉਹਨਾਂ ਲਈ ਵੀ ਜਿੱਦਾਂ ਆਮ ਇੱਕ ਕੋਈ ਬਾਹਰ ਜਿਹੜੇ ਸੜਕਾਂ ਤੇ ਦਿਨ 'ਚ ਮੰਗ ਕੇ ਗੁਜ਼ਾਰਾ ਕਰਦੇ ਨੇ ਉਹ ਵੀ ਇੱਥੇ ਰਹਿੰਦੇ ਨੇ। ਐਂਟਰੀ ਬਕਾਇਦਾ ਇਹਨਾਂ ਦੀ ਹੁੰਦੀ ਹੈ, ਰਜਿਸਟਰ ਲਗਾਇਆ ਹੋਇਆ ਹੈ, ਤਸਵੀਰਾਂ ਤੁਸੀਂ ਦੇਖਦੇ ਹੋ, ਤੁਹਾਨੂੰ ਰਜਿਸਟਰ ਦੀ ਐਂਟਰੀ ਤੇ ਮੈਡੀਕਲ ਬਾਕਸ ਵੀ ਦਿਖਾਵਾਂਗੇ, ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਰਜਿਸਟਰ ਇਨਕੇ ਰਜਿਸਟਰ ਵਿੱਚ ਐਂਟਰੀ ਕਰਕੇ ਤੇ। ਬਿਲਕੁਲ ਸਰ, ਸਾਰਾ ਰਿਕਾਰਡ ਯਹਾਂ ਪੇ, ਪੂਰਾ ਰਿਕਾਰਡ ਵਿਦ ਆਧਾਰ ਕਾਰਡ, ਪੈਨ ਕਾਰਡ ਹੋ, PGI ਕਾ ਕਾਰਡ ਹੋ, 16 ਸੈਕਟਰ ਹਾਸਪਿਟਲ ਕਾ ਕਾਰਡ ਹੋ, ਆਯੁਸ਼ਮਾਨ ਕਾਰਡ ਹੋ, ਆਮ ਹੋ,
कोई भी आइडेंटिटी हो उस बेस पे हम लोग जो सड़क पे दिन भर मांगते हैं वो भी हम लोग एंटर कर देते हैं। उनको बकायदा गद्दा दिया जाता है, रजाई दी जाती है, बेचारे ठंड में कहाँ जाएंगे रात में। और सीसीटीवी कैमरा भी आपने बिल्कुल इंस्टॉल कर रखे हैं, तस्वीरें देखें कि सीसीटीवी कैमरा भी लाए गए और मेडिकल बॉक्स भी मेडिकल बॉक्स भी है, बुखार की दवाई, पेट दर्द की, सर दर्द की सब दवाइयां अवेलेबल है। तो बिल्कुल तस्वीरें देखिए तो थानू दिखा दिए कि लोग जेडे इत्थे आए ने इन्हां नूं पुछ लैने आ एक बार इत्थे कि तुसी कित्थों आए हो जी, कित्थों आए हो तुसी? मैं पंजाब तों। अच्छा अच्छा, इत्थे सुविधावां हैगियां पूरियां? फुल फैसिलिटी है। अच्छा जी, किसी चीज की कोई कमी नहीं। अच्छा, ਕਹਿਦਾ ਪੂਰੀ ਕਿਉਂਕਿ ਠੰਡ ਦਾ ਮੌਸਮ ਹੈ ਕਾਫੀ ਤਕਲੀਫ ਨਾ ਨਾ ਇੱਥੇ ਦੋ ਕੰਬਲ ਫਾਲਤੂ ਮਿਲੇ ਹੋਏ। ਅੱਛਾ, ਕਿੰਨੇ ਦਿਨ ਤੋਂ ਇੱਥੇ? ਮੈਂ 15 ਦਿਨ ਤੋਂ। ਅੱਛਾ 15 ਦਿਨ, ਕੀ ਨਾਮ ਹੈ ਤੁਹਾਡਾ? ਹਰਵਿੰਦਰ ਸਿੰਘ। ਕਿੱਥੋਂ ਆਏ ਹੋ? ਪੰਜਾਬ ਚ ਕਿੱਥੋਂ? ਉਹ ਮੁੱਲਾਪੁਰ ਦੇ ਕੋਲ ਪਿੰਡ ਹੈ। ਤੁਸੀਂ ਦੇਖੋ ਕਿ ਲੋਕੀ ਪੰਜਾਬ ਤੋਂ, ਹਰਿਆਣੇ ਤੋਂ, ਹੋਰ ਜਗ੍ਹਾ ਤੋਂ ਲੋਕਲ ਇੱਥੇ ਜਿਹੜੇ ਸੜਕਾਂ ਦੇ ਕਿਨਾਰੇ ਨੇ ਔਰ ਫੈਸਿਲਿਟੀ ਦੀ ਗੱਲ ਕੀਤੀ ਹੈ ਕਿ ਕੰਬਲ, ਰਜਾਈਆਂ, ਗੱਦੇ ਔਰ ਜਿਹੜੀ ਤਮਾਮ ਜਿਹੜੀ ਚੀਜ਼ਾਂ ਨੇ ਉਹ ਇੱਥੇ ਤੁਹਾਨੂੰ ਇਸ ਸ਼ੈਲਟਰ ਹੋਮ ਚ ਨਜ਼ਰ ਆ ਰਹੀਆਂ ਨੇ। ਬਕਾਇਦਾ ਰਿਕਾਰਡ ਰੱਖਿਆ ਜਾਂਦਾ ਹੈ, ਰਜਿਸਟਰ ਚ ਐਂਟਰੀ ਹੁੰਦੀ ਹੈ, ਦਵਾਈਆਂ ਵੀ ਇੱਥੇ ਰੱਖੀ ਜਾਂਦੀਆਂ ਨੇ, ਸੀਸੀਟੀਵੀ ਕੈਮਰਾ ਇੰਸਟਾਲ ਕੀਤੇ ਗਏ ਨੇ। ਇਹੀ ਚੀਜ਼ ਹੈ ਕਿ ਇਨਸਾਨੀਅਤ ਇਨਸਾਨ ਦੇ ਲਈ ਹੈ, ਇਨਸਾਨ ਦੀ ਜਿਹੜੀ ਦੇਖਭਾਲ ਹੈ ਉਹ ਬਹੁਤ ਜ਼ਰੂਰੀ ਹੈ ਔਰ ਖਾਸਕਰ ਹਸਪਤਾਲਾਂ ਦੇ ਨਜ਼ਦੀਕ ਇਹ ਸ਼ੈਲਟਰ ਇਸ ਕਰਕੇ ਵੀ ਰਹੇ ਨੇ ਕਿ ਜਿਹੜੇ ਮਰੀਜ਼ਾਂ ਦੇ ਨਾਲ ਅਟੈਂਡੈਂਟ ਨੇ ਉਹਨਾਂ ਨਾਲ ਅਗਰ ਕੋਈ ਬੰਦਾ ਹੈਗਾ ਉਹਨਾਂ ਕੋਲ ਰਹਿਣ ਦੀ ਥਾਂ ਨਹੀਂ ਜਾਂ ਕੋਈ ਆਮ, ਜਿੱਦਾਂ ਮੈਂ ਜ਼ਿਕਰ ਕੀਤਾ ਤੁਸੀਂ ਉਦਾਹਰਣ ਦੇਖਿਆ ਕਿ ਪੰਜਾਬ ਤੋਂ ਕੋਈ ਆਇਆ ਹੋਇਆ, ਕੋਈ ਆਪਣੇ ਨੂੰ ਲੱਭਣ ਆਇਆ ਹੋਇਆ, ਕੋਈ ਇੱਥੇ ਰਾਤ ਨੂੰ 10-10 ਦਿਨ ਤੋਂ ਰਹਿ ਰਹੇ ਨੇ, ਕੰਬਲ, ਰਜਾਈਆਂ, ਗੱਦੇ, ਮੈਡੀਕਲ ਪੂਰੀ ਰਹਿਣ ਦੀ ਇੱਥੇ ਵਿਵਸਥਾ ਕੀਤੀ ਗਈ ਹੈ ਔਰ ਇੱਦਾਂ ਦੇ ਜਿਹੜੇ ਸ਼ੈਲਟਰਸ ਨੇ ਉਹ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ ਤੇ ਖਾਸਕਰ ਹਸਪਤਾਲਾਂ ਦੇ ਨਜ਼ਦੀਕ 16 ਹੋਏ, PGIA ਹੋਏ, 32 ਸੈਕਟਰ ਹੋਏ ਜਾਂ ਮਾਰਕੀਟ ਦੇ ਵਿੱਚ ਜਿੱਦਾਂ 19 ਸੈਕਟਰ ਹੋਏ ਉੱਥੇ ਇੱਦਾਂ ਦੇ ਸ਼ੈਲਟਰ ਬਣਾਏ ਗਏ ਨੇ। ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਔਰ ਕੋਈ ਸੁਵਿਧਾਵਾਂ ਦੀ ਬਾਰ ਬਾਰ ਜ਼ਿਕਰ ਇਸ ਕਰਕੇ ਕੀਤਾ ਜਾਂਦਾ ਕਿ ਸਿਰਫ ਇੱਕ ਬਣਾ ਦੇਣਾ ਨਹੀਂ, ਅੰਦਰ ਕੀ ਸੁਵਿਧਾਵਾਂ ਨੇ ਉਹ ਅਸੀਂ ਤੁਹਾਨੂੰ ਅੱਜ ਤਸਵੀਰਾਂ ਇੱਥੇ ਅਸੀਂ ਦਿਖਾਈਆਂ ਨੇ ਕਿ ਲੋਕਾਂ ਨੂੰ ਕੜਾਕੇ ਦੀ ਠੰਡ ਦੇ ਵਿੱਚ ਇੱਕ ਛੱਤ ਜਿਹੜੀ ਹੈ ਉਹ ਮੁਹੱਈਆ ਕਰਾਈ ਗਈ ਹੈ ਇਸੇ ਸ਼ੈਲਟਰਾਂ ਵਿੱਚ ਔਰ ਪ੍ਰਬੰਧ ਵੀ ਜੇ ਦੇਖਿਆ ਜਾਏ ਤਾਂ ਪ੍ਰਬੰਧ ਵੀ ਕਾਫੀ ਕੀਤੇ ਗਏ ਨੇ। ਦਵਾਈਆਂ ਦੀ ਗੱਲ ਕੀਤੀ ਹੈ ਜਾਂ ਸੀਸੀਟੀਵੀ ਕੈਮਰਾ ਦੀ ਗੱਲ ਕੀਤੀ ਹੈ ਔਰ ਬਾਹਰ ਜਾ ਕੇ ਠੰਡ ਹੈ, ਅੰਦਰ ਤੁਹਾਨੂੰ ਦੇਖੋ ਕਿ ਅਰੇਂਜਮੈਂਟ ਦੀ ਮੈਂ ਗੱਲ ਕਰਾਂਗੇ, ਪ੍ਰੋਪਰ ਇੱਕ ਉੱਪਰ ਤੋਂ ਤਾਂ ਕਿ ਹਵਾ ਨਾ ਆਏ ਪ੍ਰੋਪਰ ਕਵਰ ਕਰਕੇ ਇੱਕ ਟੈਂਪਰੇਰੀ ਜਿਹੜਾ ਅਰੇਂਜਮੈਂਟ ਹੈ ਉਹ ਕੀਤਾ ਗਿਆ। ਜੇ ਮੈਂ ਅੰਦਰ ਖੜਾ ਤਾਂ ਅੰਦਰ ਸਾਨੂੰ ਠੰਡ ਦਾ ਅਹਿਸਾਸ ਨਹੀਂ ਹੋ ਰਿਹਾ, ਬਾਹਰ ਭਾਵੇਂ ਕਿੰਨਾ ਵੀ ਤਾਪਮਾਨ ਹੋਏ ਲੇਕਿਨ ਅੰਦਰ ਜਿਹੜਾ ਹੈ ਉਹ ਠੰਡ ਦਾ ਅਹਿਸਾਸ ਉਨਾ ਨਹੀਂ ਹੋ ਰਿਹਾ। ਇੱਕ ਪ੍ਰੋਪਰ ਕਵਰ ਕਰਕੇ ਚਾਰੇ ਸਾਈਡਾਂ ਤੋਂ ਕਵਰ ਕਰਕੇ ਇਹੀ ਸ਼ੈਲਟਰ ਹੋਮ ਹੈ ਜਿਹੜੇ ਬਣਾਏ ਗਏ ਨੇ ਔਰ ਇੱਦਾਂ ਦੀ ਸੁਵਿਧਾਵਾਂ ਚੰਡੀਗੜ੍ਹ ਵਿੱਚ ਹਰ ਸੈਕਟਰ ਵਿੱਚ ਕਿਤੇ ਨਾ ਕਿਤੇ ਕਵਰ ਕਰਦੀਆਂ ਨੇ। 10 ਤੋਂ 15 ਇਹ ਜਿਹੜੇ ਸ਼ੈਲਟਰ ਪੂਰੇ ਚੰਡੀਗੜ੍ਹ ਵਿੱਚ ਬਣਾਏ ਗਏ ਨੇ। ਵੀਡੀਓ ਜਰਨਲਿਸਟ ਅਜੇ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਚੰਡੀਗੜ੍ਹ।